ਜਦੋਂ 195ਵੀਂ ਵਰੇਗੰਢ ਮਨਾਈ ਗਈ ਉੱਥੇ ਇੱਕ ਸਾਬਕਾ ਕਰਨਲ ਸੀ ਉਹਨਾਂ ਨੇ ਸਾਨੂੰ ਦੱਸਿਆ ਉਹਦੇ ਵੀ ਤੁਹਾਡੇ ਬਾਬਾ ਜੀ ਬਾਰੇ ਤੁਹਾਨੂੰ ਕਿੰਨੀ ਕੁ ਨੌਲੇਜ ਹੈ ਤੁਹਾਨੂੰ ਅਸੀਂ ਕਿਹਾ ਵੀ ਸਾਨੂੰ ਇੰਨੇ ਜ਼ਿਆਦਾ ਨਹੀਂ ਜੀ ਸਾਨੂੰ ਐਂ ਪਤਾ ਸੀਗਾ ਵੀ ਸਿੱਖ ਰੈਜੀਮੈਂਟ ਦਾ ਪਹਿਲਾ ਸੂਬੇਦਾਰ ਮੇਜਰ ਹੈ ਪਰ ਉਹ ਆਂਦੇ ਵੀ ਕਾਕਾ ਆਂਦੇ ਤੁਹਾਡੇ ਇਹ ਬਾਬਾ ਜੀ ਨੇ ਆਂਦੇ ਸ਼ੇਰ ਦਾ ਸ਼ਿਕਾਰ ਕੀਤਾ ਸ਼ੇਰ ਮਾਰਿਆ ਸੀ ਸ਼ੇਰ ਮਾਰਤਾ ਹਾਂ ਫੌਜ ਨਾਲ ਸੀਗੀ ਪਿੱਛੇ ਤੇ ਇਹਨਾਂ ਨੇ ਜਦੋਂ ਸ਼ੇਰ ਮਾਰਿਆ ਤੇ ਉਹ ਜਿਹੜਾ ਅੰਗਰੇਜ਼ ਅਫਸਰ ਉਹ ਵੇਖੀ ਜਾਂਦਾ ਸੀ ਇਹ ਚੀਜ਼ ਨੂੰ ਇਹਨਾਂ ਨੇ ਆਪਦੇ ਕੋਲ ਮੰਨ ਲਓ ਸੀਗਾ ਜੀ ਹਥਿਆਰ ਸੀਗਾ ਇਹਨਾਂ ਕੋਲ ਟੱਕਿਆ ਹਾਂ ਪ੍ਰਾਈਵੇਟ ਹਥਿਆਰ ਦੇ ਨਾਲ ਇਹਨਾਂ ਨੇ ਉਹ ਮੰਨ ਲਓ ਕਿਰਚ ਕੁਰਚ ਸ਼ੇਰ ਦਾ ਰੋਲ ਕੀ ਸੀਗਾ ਉਹ ਸ਼ੇਰ ਮੂਹਰੋਂ ਪੈਂਦਾ ਸੀਗਾ ਜੀ ਫੌਜ ਨੂੰ ਉਦੋਂ ਫੌਜ ਦੇ ਵਿੱਚ ਊ ਸੀਗੀ ਇਹ ਫਿਰ ਬਾਅਦ ਚ ਜੰਗਲਾਂ ਦੇ ਵਿੱਚ ਸ਼ੇਰ ਬਾਅਦ ਸਿੱਖ ਰੈਜੀਮੈਂਟ ਦੀ ਬਣੀ ਇਹ ਉਦੋਂ ਮੰਨ ਲਓ ਫੌਜ ਜਾਂਦੀ ਹੋਣੀ ਆ ਕੋਈ ਕਿਤੇ ਮਿਸ਼ਨ ਤੇ ਹੋਣੇ ਆ ਇਹ ਤੇ ਉਹ ਮੂਹਰੋਂ ਜੋ ਸ਼ੇਰ ਟੱਕਰ ਗਿਆ ਇਹਨਾਂ ਨੇ ਸ਼ੇਰ ਮਾਰਤਾ ਸ਼ੇਰ ਹਮਲੇ ਕਰ ਦਿੰਦੇ ਹਾਂ ਸ਼ੇਰ ਹਮਲੇ ਕਰ ਦਿੰਦੇ ਸੀ ਇਹਨਾਂ ਜੋ ਸ਼ੇਰ ਮਾਰਿਆ ਫਿਰ ਇਹਨਾਂ ਨੂੰ ਸਿੱਖ ਰੈਜੀਮੈਂਟ ਦਾ ਪਹਿਲਾ ਸੂਬੇਦਾਰ ਮੇਜਰ ਇਹਨਾਂ ਨੇ ਇਸ ਚੀਜ਼ ਨੂੰ ਅੰਗਰੇਜ਼ ਦੇਖ ਰਿਹਾ ਸੀ ਇਹਨੂੰ ਅੰਗਰੇਜ਼ ਦੇਖ ਰਿਹਾ ਸੀ ਉਹਨਾਂ ਨੂੰ ਜੋ ਪਤਾ ਲੱਗ ਗਿਆ ਵੀ ਯਾਰ ਐਡਾ ਬਹਾਦਰੀ ਵਾਲਾ ਕੰਮ ਕੀਤਾ ਇਹਨੇ